ਬਲਵੰਤ ਸਿੰਘ ਕਿੱਥੋਂ ਆਏ ਹੋ ਫਿਰੋਜ਼ਪੁਰ ਤੋਂ ਇਹ ਸ਼ਹਿਜ਼ਾਦੀ ਪਿੰਡ ਹੈ ਸ਼ਹੀਦਾਂ ਦੀ ਧਰਤੀ ਤੇ ਆਏ ਹੋ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇੱਥੇ ਜਿਹੜੇ ਫਰਸ਼ ਬਹੁਤ ਥੱਲੇ ਗਰਮ ਆ ਇਹ ਕੋਈ ਮੈਟ ਵਗੈਰਾ ਨਹੀਂ ਵਿਛਾਏ ਬੱਚੇ ਜੋ ਨੰਗੇ ਪੈਰ ਇਹਨਾਂ ਦੀ ਸ਼ਰਧਾ ਹੈ ਕਿ ਸ਼ਹੀਦਾਂ ਦੇ ਕੋਲ ਨੰਗੇ ਪੈਰ ਹੋ ਕੇ ਨਕਮਸਤਕ ਹੁੰਦੇ ਆ ਲੇਕਿਨ ਇਹ ਸਾਰੇ ਇੱਥੇ ਹੁਣ ਜੁੱਤੀਆਂ ਪਾ ਕੇ ਤੁਰਨਾ ਪੈਂਦਾ ਤੇ ਜਾਂ ਬੱਚੇ ਜਿਹੜੇ ਕੋਈ ਜਾਂ ਕਈ ਹੋਰ ਲੇਡੀਜ਼ ਆ ਨੰਗੇ ਪੈਰ ਵੀ ਸ਼ਰਧਾ ਨੜਾਉਂਦੇ ਪਰ ਬਹੁਤ ਜ਼ਿਆਦਾ ਗਰਮੀ ਥੱਲੋਂ ਪੈਰ ਸੜਦੇ ਆ ਇੱਥੇ ਮੈਟ ਵਗੈਰਾ ਵਿਛਣੇ ਚਾਹੀਦੇ ਸੀ ਅੱਜ ਖਾਸ ਦਿਨ ਸੀ ਵਿਸਾਖੀ ਦਾ ਖਾਲਸੇ ਦਾ ਸਾਜਨਾ ਦਿਵਸ ਆ ਤੇ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਹਾਂਜੀ ਪੁਖਤਾ ਪ੍ਰਬੰਧ ਨਹੀਂ ਕੀਤੇ अपील करते हैं चलो नवी गवर्नमेंट ऐतकी आई है हो सकता है कोई तजर्बे की भी घाट ज पूरा प्रशासन ये तो लोकल प्रशासन को चाहिए सी लोकल प्रशासन को वेखना चाहिए सी कि इतने केड़ी केड़ी चीज़ की जरूरत है गर्मी है तो ये प्रबंध करने चाहिए सी बाकी जो आम आदमी पार्टी सरकार बनी है इन्हों तो सानू उम्मीदा बहुत है चलो अगे तो ये जिहड़े प्रबंध पूरे पुख्ता होण करन इह प्रशासन नू सख्त हदायतां करनियां चाहीदियां ਜਸਪਾਲ ਕੌਰ ਕਿੱਥੋਂ ਆਈ ਹੋ ਸ਼ਹਿਰੋਂ ਹਾਂਜੀ ਫਿਰੋਜ਼ਪੁਰ ਤੋਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਗਰਮੀ ਨੂੰ ਲੈ ਹਾਂਜੀ ਪ੍ਰਬੰਧ ਤਾਂ ਹੋਣੇ ਚਾਹੀਦੇ ਸੀ ਪਰ ਅੱਜ ਕੱਲ੍ਹ ਜਿਹੜੇ ਲੋਕ ਇੰਨੇ ਆਉਂਦੇ ਪਏ ਨੇ ਬੱਚਿਆਂ ਦੇ ਪੈਰ ਮਤਲਬ ਸੜਦੇ ਪਏ ਨੇ ਇਹਨਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਸੀ ਪਰ ਉਹ ਇੱਥੇ ਹੁਣ ਪ੍ਰਬੰਧ ਕੋਈ ਵੀ ਨਹੀਂ ਹੈਗਾ ਹਾਂਜੀ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਪਰੇਸ਼ਾਨੀਆਂ ਬਹੁਤ ਜਾਈਆਂ ਬੱਚੇ ਵੀ ਮਤਲਬ ਬੱਚੇ ਵੀ ਉਵੇਂ ਮੱਥਾ ਟੇਕੀਆਂ ਦੇ ਚੱਪਲ ਡਾਲ ਕੇ ਤੇ ਸਾਰੇ ਵੀ ਮਤਲਬ ਉਵੇਂ ਲਗੇ ਜਾਂਦੇ ਨੇ ਹਾਂਜੀ ਮਜਬੂਰ ਨੇ ਕਿ ਮਤਲਬ ਹੁਣ ਪੈਰ ਸੜਦੇ ਪਏ ਨੇ ਤੇ ਬੱਚੇ ਹੁਣ ਫਿਰ ਚੱਪਲ ਪਾ ਕੇ ਸਾਰੇ ਮੱਥਾ ਟੇਕੀ ਜਾਂਦੇ ਵੱਡੇ ਛੋਟੇ ਕਿਸ ਦੀ ਲਾਪਰਵਾਹੀ ਸਮਝਦੇ ਇਹ ਤਾਂ ਹੁਣ ਸਰਕਾਰ ਦੀ ਲਾਪਰਵਾਹੀ ਹੈ ਹਾਂਜੀ ਕੀ ਅਪੀਲ ਕਰਨੀ ਚਾਹੁੰਗੇ ਤੁਸੀਂ ਅਪੀਲ ਤਾਂ ਹੁਣ ਇਹੀ ਇਹਨਾਂ ਨੂੰ ਕਿ ਮਤਲਬ ਹਰ ਵਾਰੀ ਪ੍ਰਬੰਧ ਹੁੰਦਾ ਹੈ ਐਤਕੀ ਨਹੀਂ ਕੀਤਾ ਕਰਨਾ ਚਾਹੀਦਾ ਸੀ ਪਰ ਇਹਨਾਂ ਵਾਸਤੇ ਬਹੁਤ ਮਤਲਬ ਗਲਤ ਗੱਲ ਹੈ ਹਾਂਜੀ ਜੀਤ ਸਿੰਘ ਪੱਟੀ ਸੁਜੀਤ ਸਿੰਘ ਜੀ ਕਿੱਥੋਂ ਆਏ ਹੋ ਪਿੰਡ ਸਾਂਦੇ ਹਸ਼ਮ ਜ਼ਿਲ੍ਹਾ ਫਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਤੇ ਆਏ ਹੋ ਅਗਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਪ੍ਰਬੰਧ ਵੇਖੋ ਜੀ ਹੁਣ ਇਸ ਟਾਈਮ ਗਰਮੀ ਪੈ ਰਹੀ ਆ ਇੱਥੇ ਪ੍ਰਬੰਧ ਵੇਖੋ ਨਾ ਕੋਈ ਚਾਨਣੀ ਨਾ ਕੋਈ ਦਰੀ ਨਾ ਕੋਈ ਲੈਣ ਦੇਣ ਲੋਕਾਂ ਦੀ ਬੜੀ ਮਜਬੂਰੀ ਜੁੱਤੀ ਪਾ ਕੇ ਆਉਣਾ ਨਹੀਂ ਚਾਹੀਦਾ ਪਰ ਮਜਬੂਰੀ ਆ ਲੋਕਾਂ ਦੇ ਪੈਰ ਸੜਦੇ ਆ ਜੇ ਇਹ ਗਵਰਨਮੈਂਟ ਪ੍ਰਬੰਧ ਕਰਦੀ ਕੋਈ ਦਰੀਆਂ ਥੱਲੇ ਵਿਛੀਆਂ ਹੁੰਦੀਆਂ ਤੇ ਲੋਕਾਂ ਨੇ ਜੁੱਤੀ ਬਾਹਰ ਲਾ ਕੇ ਆਉਣਾ ਹੈਗਾ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਬੜਾ ਕੁਛ ਕਹਿੰਦੇ ਆ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਕਰਦਾ ਕੁਛ ਵੀ ਕੋਈ ਨਹੀਂਗਾ ਹੈ ਇਸ ਪ੍ਰਬੰਧ ਦੇ ਵਿੱਚ ਨਾ ਕੋਈ ਪਾਣੀ ਨਾ ਕੋਈ ਧਾਣੀ ਇੱਥੇ ਹੈਗਾ ਕੋਈ ਦੱਸੋ ਕੁਛ ਨਹੀਂ ਹੈਗਾ ਪ੍ਰਬੰਧ ਗੱਲਾਂ ਕਰ ਜਾਂਦੀ ਗਵਰਨਮੈਂਟ ਤੇ ਗੱਲਾਂ ਕਰਕੇ ਤੇ ਪੱਲਾ ਝਾੜ ਕੇ ਹੋ ਜਾਂਦੀ ਹੈ ਹਾਂ ਉਦੋਂ ਕੀਤਾ ਹੁੰਦਾ ਜੀ ਆਮ ਬੰਦਿਆਂ ਤੇ ਪ੍ਰਬੰਧ ਨਹੀਂ ਨਾ ਹੋ ਸਕਦਾ ਆਮ ਸੰਗਤ ਜਿਹੜੀ ਆਈ ਆ ਇਸ ਟਾਈਮ ਦੇ ਵਿੱਚ ਕੰਮ ਛੱਡ ਕੇ ਆਪਦਾ ਕੀਮਤੀ ਟਾਈਮ ਛੱਡ ਕੇ ਆਈ ਆ ਵਾਢੀ ਛੱਡ ਕੇ ਆਈ ਆ ਉਦੋਂ ਉਹਨਾਂ ਨੂੰ ਪ੍ਰਬੰਧ ਪੂਰਾ ਕਰਨਾ ਚਾਹੀਦਾ ਜੇ ਕੋਈ ਮੁੱਖ ਮੰਤਰੀ ਆ ਜਾਵੇ ਉਹਦੇ ਤੇ ਪ੍ਰਬੰਧ ਪੂਰਾ MLA ਆ ਜਾਵੇ ਉਹਦੇ ਤੇ ਪ੍ਰਬੰਧ ਪੂਰਾ ਆਮ ਜਨਤਾ ਤੇ ਪ੍ਰਬੰਧ ਨਹੀਂ ਹੈਗਾ ਲੋਕੀ ਵੇਖੋ ਤੇ ਆਏ ਇੱਥੇ ਫੜਨਗੇ ਵੀ 10 ਰੁਪਈਆਂ ਦਾ ਗਲਾਸ ਅਗਲੇ ਬਾਹਰ ਦਿੰਦੇ ਆ 15 ਵੀਆਂ ਦਾ ਗਲਾਸ ਜੂਸ ਵਾਲੇ ਦਿੰਦੇ ਆ ਇੱਥੇ ਕੋਈ ਹੈਗਾ ਕੋਈ ਸਪੀਲ ਨਹੀਂ ਕਿਸੇ ਨੇ ਲਾਈ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਗਵਰਨਮੈਂਟ ਜਦੋਂ ਵੋਟਾਂ ਲੈਣ ਆਉਂਦੀ ਹੈ ਲੋਕੀ ਉਦੋਂ ਤਾਂ ਬੜਾ ਕੁਝ ਕਹਿੰਦੇ ਆ ਉਸ ਤੋਂ ਬਾਅਦ ਕੁਝ ਵੀ ਨਹੀਂ ਹੁਣ ਕੀ ਅਪੀਲ ਕਰਨੀ ਚਾਹੁੰਦੇ ਅਪੀਲ ਅਸੀਂ ਤਾਂ ਇਹ ਕਰਨੀ ਚਾਹੁੰਦੇ ਆ ਵੀ ਜਿਹੜੇ ਆ ਜਨਤਾ ਆਈ ਇੱਥੇ ਇਹਨਾਂ ਦਾ ਪ੍ਰਬੰਧ ਅੱਗੇ ਆ ਤੇ ਪੂਰਾ ਹੋਣਾ ਚਾਹੀਦਾ ਰਣਧੀਰ ਸਿੰਘ ਜੀ ਕਿੱਥੋਂ ਆਏ ਹੋ ਅਵੀ ਵਾਲਾ ਪਿੰਡ ਜੀ ਇੱਥੇ ਨੇੜੇ ਹੀ 3-4 ਕਿਲੋਮੀਟਰ ਤੇ ਹੈਗਾ ਸ਼ਹੀਦਾਂ ਦੀ ਧਰਤੀ ਤੇ ਆਏ ਹੋ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਅੱਜ ਦੇ ਦਿਨ ਕੀਤੇ ਗਏ ਪ੍ਰਬੰਧ ਵੀਰ ਜੀ ਕੋਈ ਖਾਸ ਨਹੀਂ ਆਪਾਂ ਲੱਗ ਰਿਹਾ ਇਸ ਟਾਈਮ ਜਿਸ ਤਰ੍ਹਾਂ 23 ਮਾਰਚ ਨੂੰ ਸੀ ਨਾ ਪ੍ਰਬੰਧ ਉਹਨਾਂ ਨਹੀਂ ਲੱਗ ਰਿਹਾ ਪ੍ਰਸ਼ਾਸਨ ਵੱਲੋਂ ਨਾ ਬੜਾ ਢਿੱਲਾ ਪਾਣੇ ਜਿਸ ਤਰ੍ਹਾਂ ਤੁਸੀਂ ਦੇਖ ਲਓ ਵੀ ਇੱਥੇ ਪਹਿਲਾਂ ਮਨਾਈ ਸੀ ਅਜੇ ਵੀ ਮਨਾਈ ਹੈ ਕਿੰਨਾ ਆਪਾਂ ਮਾਣ ਸਤਿਕਾਰ ਸ਼ਹੀਦਾਂ ਦਾ ਕਰਦੇ ਹਾਂ ਜੋੜੇ ਆਪਾਂ ਬਾਹਰ ਲਾ ਕੇ ਆਉਣੇ ਆ ਮਨਾਏ ਪਰ ਲੋਕ ਮਜਬੂਰ ਨੇ ਕੀ ਕਰਨ ਗਰਮੀ ਹੈ ਥੱਲੇ ਪੱਥਰ ਤਪਿਆ ਹੈ ਤੇ ਮੈਟ ਵਿਛੇ ਹੋਣ ਤੇ ਲੋਕ ਜੋੜੇ ਬਾਹਰ ਲਾਉਣ ਇੱਥੇ ਕੋਈ ਇਹਨਾਂ ਦੇ ਖੜੇ ਹੋਣ ਬੰਦੇ ਵੀ ਉਹ ਲਵਾਉਣ ਇਹ ਜਿਹੜਾ ਸਭ ਤੋਂ ਕਮੀ ਇਹ ਆ ਪ੍ਰਸ਼ਾਸਨ ਦੀ ਘਾਟ ਹੈ ਅੱਗੇ ਪਿੱਛੇ ਮੈਟ ਵਿਛੇ ਹੋਣ ਤੇ ਜਦੋਂ ਕੋਈ ਮੰਤਰੀ ਵਗੈਰਾ ਹੁੰਦੇ ਆ ਉਹ ਤਾਂ ਹੈ ਹੀ ਆਪਾਂ ਨੂੰ ਪਤਾ ਹੀ ਹੈ 23 ਮਾਰਚ ਨੂੰ ਕਿੰਨਾ ਪ੍ਰਬੰਧ ਸੀ ਇੱਥੇ ਮਾਨ ਸਾਹਿਬ ਆਏ ਸੀ ਹੁਣ ਚਲੋ ਉਹਨਾਂ ਦੀ ਨੌਲੇਜ 'ਚ ਨਾ ਹੋਊਗੀ ਗੱਲ ਆਪਾਂ ਮੰਨ ਲੈਨੇ ਆ ਪਰ ਜਦੋਂ ਉਹ ਆਏ ਸੀ ਉਦੋਂ ਇੱਥੇ ਪੂਰਾ ਪ੍ਰਬੰਧ ਸੀ ਇੱਥੇ ਹੁਣ ਤੁਸੀਂ ਦੇਖ ਲਓ ਵੀ ਧੁੱਪ 'ਚ ਨੇ ਸਮਾਧਾਂ ਉੱਤੇ ਸ਼ੈੱਡ ਹੋਵੇ ਪਾਇਆ ਹੋਵੇ ਮੈਟ ਵਿਛੇ ਹੋਣ ਜਨਤਾ ਨੂੰ ਪਰੇਸ਼ਾਨੀ ਨਾ ਆਵੇ ਹੁਣ ਜਿਹੜਾ ਦੇਖ ਕੇ ਜਾਂਦਾ ਉਹ ਕਹਿੰਦਾ ਵੀ ਇੰਨਾ ਉਹਨਾਂ ਆਪਣੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਅਤੇ ਆਪਾਂ ਉਸ ਕਰ ਕੀ ਰਹੇ ਹਾਂ ਕੁਛ ਵੀ ਨਹੀਂ ਸਿਰਫ ਆਪਾਂ ਇੱਕ ਨਾ ਮੱਥਾ ਟੇਕ ਕੇ ਆਉਣਾ ਵਾਪਸ ਚਲੇ ਜਾਣਾ ਫਿਰ ਕੁਛ ਵੀ ਨਹੀਂ ਫਿਰ ਆਪੋ ਆਪਣੇ ਉਵੇਂ ਕੰਮਾਂ ਕਾਰਾਂ 'ਤੇ ਲੱਗ ਜਾਂਦੇ ਹਾਂ
अपील तो यही करांगे जी पूरे प्रबंध करो अपने देश वास्ते जिन्ना जाना वारियां ने ते आपां इन्ना भी नहीं कर सकते उन्होंने किन्ना को पैसा लग जाएगा इत्थे किन्ना खर्चा आ जाएगा ये एक जिम्मेवारी के हिसाब नाल निभाओ। बहुत वधिया जिहड़ी सरकार बनी है लोगों ने चुनी है तो इन्हां दा चाहिए जरूर प्रबंध होना चाहिए जी होर पानी का सारा ये नाल खास करके इन्हां दिनों विच 23 मार्च ते विसाखी ते जरूर होना चाहिए जी। Subscribe to our YouTube channel News DNN by clicking the bell icon. Don't forget to like, comment and share.